ਹੈਲੋ ਜੀ, ਸਤਿ ਸ਼੍ਰੀ ਅਕਾਲ। ਅਨੰਤ ਫੈਸ਼ਨ ਬੁਟੀਕ ਐਂਡ ਫੂਡ 'ਤੇ ਤੁਹਾਡਾ ਸਵਾਗਤ ਹੈ ਜੀ। ਇਹ ਆਪਾਂ ਜਿਹੜਾ ਸਾਈਡਾਂ ਤੋਂ ਕੱਪੜਾ ਉਤਰਿਆ ਸੀ ਜੀ ਵਾਡੀ ਦੇ ਕੋਲੋਂ, ਆਪਾਂ ਉਹਦੇ ਵਿੱਚ ਜੋੜ ਪਾਇਆ ਜੀ। ਜੋੜ ਮੈਂ ਪਿੰਕ ਜੇ ਵਾਲੇ ਪਾਸੇ ਪਾਇਆ, ਜਿਹੜੀ ਸਾਈਡ ਪੱਟੀ ਸੀਗੀ ਆਫ ਵਾਈਟ ਜੀ, ਉਸ ਸਾਈਡ ਨਹੀਂ ਪਾਇਆ, ਕਿਉਂਕਿ ਉਹ ਆਪਾਂ ਨੇ ਸ਼ਰਟ ਦੇ ਵਿੱਚ ਬਹੁਤ ਘੱਟ, ਵੀ ਜਿਹੜੀ ਫਰੋਕ ਦੇ ਵਿੱਚ ਬਹੁਤ ਘੱਟ ਲਿਆਂਦੀ ਹੋਈ ਹੈ, ਵੀ ਕਟਿੰਗ ਕਰਤੀ ਸੀ ਉਹਦੀ ਆਪਾਂ, ਇਸ ਕਰਕੇ ਜੀ ਆਪਾਂ ਸੈਂਟਰ 'ਚ ਜੋੜ ਦੂਸਰੇ ਪਾਸਿਓਂ ਪਾਇਆ। ਹੁਣ ਆਪਾਂ ਇਸ ਜੋੜ 'ਤੇ ਪ੍ਰੈਸ ਲਾ ਦਾਂਗੇ ਜੀ, ਕਿਉਂਕਿ ਜਿੱਥੋਂ ਵੀ ਕਿਤੇ ਬਲ ਜਾਊਗਾ ਉਹ ਨਿਕਲ ਜੂਗਾ। ਇਸ ਤੋਂ ਬਾਅਦ ਆਪਾਂ ਇਹਦੀਆਂ ਬਾਹਾਂ ਕਟਿੰਗ ਕਰਾਂਗੇ। ਇਸ ਜੋੜ ਦੇ ਵਿੱਚ ਆਪਾਂ ਪਾਈਪਿੰਗ ਵਗੈਰਾ ਤਾਂ ਨਹੀਂ ਕੱਢੀ ਜੀ, ਕਿਉਂਕਿ ਕੱਪੜਾ ਜ਼ਿਆਦਾ ਸੌਫਟ ਹੈ, ਇਹਦੇ ਵਿੱਚ ਇਹ ਫੁੱਲ ਜੂਗੀ। ਆਪਾਂ ਇਹਦੇ ਬਾਜੂ ਦੇ ਉੱਪਰ ਦੀ ਦੇਖ ਲਾਂਗੇ ਜੇ ਲੈਸ ਕੁਛ ਜਾਂ ਕਿਵੇਂ ਵੀ ਲੱਗਦਾ, ਸੋਹਣਾ ਲੱਗਦਾ ਆਪਾਂ ਉਵੇਂ ਲਾ ਦਾਂਗੇ। ਇਹ ਆਪਾਂ ਹੁਣ ਲਾਈਨਿੰਗ ਕਟਿੰਗ ਕਰ ਰਹੇ ਹਾਂ ਜੀ। ਇੱਕ ਤਾਂ ਇਹ ਲਾਈਨਿੰਗ ਦੇ ਵਿੱਚ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ, ਲਾਈਨਿੰਗ ਜਿਹੜੀ ਜਮੀ ਜਾਲੀ ਦੀ ਤਰ੍ਹਾਂ ਸੀ ਜੀ, ਇਹਦੇ ਵਿੱਚ ਕਾਣ ਬਹੁਤ ਸੀਗਾ ਅਤੇ ਬਹੁਤ ਦਿੱਕਤ ਆਈ ਹੈ ਇਹ ਲਾਈਨਿੰਗ ਲਾਉਣ 'ਚ। ਕਦੇ ਵੀ ਆਪਾਂ ਨੂੰ ਜਦੋਂ ਵੀ ਆਪਾਂ ਕੁਛ ਵੀ, ਚਾਹੇ ਸੂਟ ਬਣਵਾਉਂਦੇ ਹਾਂ ਚਾਹੇ ਕੁਛ ਵੀ ਬਣਵਾਉਂਦੇ ਹਾਂ ਜੀ, ਲਾਈਨਿੰਗ ਹੈ ਜਿਹੜੀ ਹਮੇਸ਼ਾ ਵਧੀਆ ਕੁਆਲਿਟੀ ਦੀ ਲਓ। ਮਾੜੀ ਘਟੀਆ ਕੁਆਲਿਟੀ ਦੀ ਜਿਹੜੀ ਆਪਾਂ ਲੈ ਲੈਂਦੇ ਹਾਂ ਨਾ ਲਾਈਨਿੰਗ, ਉਹ ਬਹੁਤ ਦਿੱਕਤ ਆਉਂਦੀ ਹੈ ਜੀ ਉਹਦੇ ਵਿੱਚ। ਇਹ ਬਾਜੂ ਦੀ ਕਟਿੰਗ ਹੋ ਗਈ ਜੀ। ਕੱਲ੍ਹ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ, ਕੱਲ੍ਹ ਆਪਾਂ ਨੇ ਜਿਹੜੀ ਫਰੋਕ ਦੀ ਕਟਿੰਗ ਕੀਤੀ ਸੀ ਉਹਦੀਆਂ ਬਾਜੂ ਰਹਿ ਗਈਆਂ ਸੀਗੀਆਂ, ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ। ਫਿਰ ਅੱਜ ਦੀ ਵੀਡੀਓ ਵੀ ਬਹੁਤ ਲੰਬੀ ਹੋ ਗਈ ਹੈ ਜੀ, ਨਾਲੇ ਕੱਟ ਕੱਟ ਕਰਕੇ ਬਣਾਈ ਹੈਗੀ। ਇਹ ਦੇਖੋ ਜੀ, ਇੱਕ ਫਰੰਟ ਇੱਧਰਲੀ ਸਾਈਡ ਹੋ ਗਈ, ਦੂਸਰਾ ਆਪਾਂ ਪਲਟ ਲਿਆ ਜੀ, ਇੱਧਰ ਹੋ ਗਿਆ। ਇਹ ਆਪਾਂ ਇਸ ਤਰੀਕੇ ਨਾਲ ਜਿਹੜੀ ਲਾਈਨਿੰਗ ਹੈ ਉਹ ਜੜ ਲੈਣੀ ਹੈ। ਅੱਜ ਆਪਾਂ ਤੁਹਾਡੇ ਨਾਲ ਫੁੱਲ ਫਰੋਕ ਦੀ ਸਟਿਚਿੰਗ ਸ਼ੇਅਰ ਕਰਾਂਗੇ ਜੀ। ਇਹ ਦੇਖੋ, ਇਹ ਜਿਹੜੀ ਲੈਸ ਹੈ ਇਹਨੂੰ ਆਪਾਂ ਇਹਦੇ ਉੱਪਰ ਕੋਈ ਡਿਜ਼ਾਈਨ ਬਣਾ ਕੇ ਲਾ ਦਾਂਗੇ, ਵੀ ਕਿਹੜੇ ਤਰੀਕੇ ਨਾਲ ਵਧੀਆ ਲੱਗਦੀ ਆ ਉਹ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ। ਅੱਜ ਆਪਾਂ ਤੁਹਾਡੇ ਨਾਲ ਫੁੱਲ ਫਰੋਕ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਜੀ, ਸਟਿਚਿੰਗ ਦੀ। ਕੱਲ੍ਹ ਕਟਿੰਗ ਦੀ ਕੀਤੀ ਸੀ, ਇਹ ਆਪਾਂ ਇਹਦਾ ਨੈੱਕ ਕਟਿੰਗ ਕੀਤਾ ਜੀ। ਜਿਹੜੀ ਇਹ ਗਲੇ ਦੀ ਚੌੜਾਈ ਰੱਖੀ ਹੈ ਇਹ 5.5 ਇੰਚ ਰੱਖੀ ਹੈ, ਕਿਉਂਕਿ ਬੈਕ ਜਿਹੜਾ ਗਲਾ ਗਾ ਉਹ ਛੋਟਾ ਰੱਖਣਾ ਗਾ, ਅਤੇ ਇਸ ਕਰਕੇ ਆਪਾਂ ਚੌੜਾਈ ਵੱਧ ਰੱਖ ਲਈ ਹੈ। ਕਿਉਂਕਿ ਇਹ ਕੁੜਤਾ ਟਾਈਪ ਜੇ ਆਪਾਂ ਜਿਵੇਂ ਗਲਾ ਬਣਾਉਂਦੇ ਹੁੰਦੇ ਹਾਂ ਉਸ ਟਾਈਪ ਦਾ ਬਣਾਉਣਾ ਗਾ, ਇਹਦੇ ਵਿੱਚ ਜੇਕਰ ਮੇਰੇ ਕੋਲ ਨਾਲ ਦਾ ਕੱਪੜਾ ਹੁੰਦਾ, ਬਚਦਾ ਹੁੰਦਾ, ਤਾਂ ਮੈਂ ਗਲਾ ਬਾਹਰ ਨੂੰ ਪਲਟ ਦਿੰਦੀ। ਪਰ ਇਹ ਆਪਣੇ ਕੋਲ ਕੋਈ ਵੀ ਜਿਹੜੀ ਆਪਾਂ ਦੁਪੱਟਾ ਸੀਗਾ ਉਹਦੇ ਵਿੱਚ ਕੱਪੜਾ ਬਚਿਆ ਨਹੀਂ ਹੈਗਾ ਜੀ, ਪੂਰਾ ਪੂਰਾ ਸਰੂਗਾ, ਇਸ ਕਰਕੇ ਆਪਾਂ ਇਹ ਲਾਈਨਿੰਗ ਦੇ ਕੱਪੜੇ ਦੀ ਜਿਹੜੀ ਗਲਿਆਂ ਦੇ ਨੀਚੇ ਲਾਵਾਂਗੇ। ਇਹ 'ਚ ਦੇਖ ਤੁਸੀਂ ਦੇਖ ਸਕਦੇ ਹੋ ਕਿਵੇਂ ਬਟ ਪੈ ਰਹੇ ਨੇ, ਇਹ 'ਚ ਦਿੱਕਤ ਤਾਂ ਥੋੜ੍ਹੀ ਜਿਹੀ ਆਊਗੀ ਜੀ, ਪਰ ਥੋੜ੍ਹਾ ਜਿਹਾ ਆਪਾਂ ਧਿਆਨ ਨਾਲ ਕਰ ਲਾਂਗੇ, ਕੋਈ ਗੱਲ ਨਹੀਂ। ਪਹਿਲਾਂ ਆਪਾਂ ਜਿਹੜੇ ਗਲੇ ਨੂੰ ਇਹ ਕੱਪੜੇ 'ਤੇ ਅਟੈਚ ਕਰ ਲਾਂਗੇ ਲਾਈਨਿੰਗ ਵਾਲੇ 'ਤੇ। ਤੁਸੀਂ ਦੇਖ ਸਕਦੇ ਹੋ ਜੀ, ਪੈਰ ਤੋਂ ਥੋੜ੍ਹੀ ਜਿਹੀ ਘੱਟ ਰੱਖ ਕੇ ਆਪਾਂ ਚਾਰੇ ਪਾਸੇ ਸਿਲਾਈ ਘੁਮਾ ਲਈ ਹੈ, ਅਤੇ ਹੁਣ ਆਪਾਂ ਜਿਹੜੇ ਇਹਦੇ ਕੋਲ ਕੋਲ ਦੀ 1 ਇੰਚ ਕੁ ਜਾਂ 1.25 ਇੰਚ ਕੱਪੜਾ ਛੱਡ ਕੇ ਆਪਾਂ ਇਹ 'ਤੇ ਸਿਲਾਈ ਲਾ ਦਾਂਗੇ। ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ, ਬਿਲਕੁਲ ਜਾਲੀ ਦੀ ਤਰ੍ਹਾਂ ਕੱਪੜਾ ਜਿਹੜੀ ਸਾਈਡ ਤੋਂ ਆਪਾਂ ਲਾਈਨਿੰਗ ਨੂੰ ਖਿੱਚ ਲੈਂਦੇ ਹਾਂ ਉਸ ਸਾਈਡ ਚਲੀ ਜਾਂਦੀ ਹੈ ਜੀ। ਇਹ ਨੈੱਕ ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਲੱਗਦਾ ਜੀ। ਅਤੇ ਆਪਾਂ ਨੇ ਜਦੋਂ ਗਲਾ, ਕੋਈ ਵੀ ਤਰ੍ਹਾਂ ਦਾ ਗਲਾ ਆਪਾਂ ਜੜਦੇ ਹਾਂ, ਚਾਹੇ ਗੋਲ ਹੋਵੇ ਚਾਹੇ ਕਿਵੇਂ ਦਾ ਵੀ ਹੋਵੇ, ਡਿਜ਼ਾਈਨ ਵਾਲਾ ਹੋਵੇ, ਇਹਦਾ ਸੈਂਟਰ ਕਰ ਲੈਣਾ ਜੀ। ਇੱਥੋਂ ਕਰੀਜ਼ ਪਾ ਲਈ ਹੈ ਮੈਂ ਇਹਦੇ ਵਿੱਚ,
ਇਸੇ ਤਰ੍ਹਾਂ ਕਰੀਜ ਆਪਣੀ ਜਿਹੜੀ ਉੱਪਰ ਬਾਡੀ ਆਪਾਂ ਬਣਾਈ ਸੀਗੀ ਉਹਦੇ ਵਿੱਚ ਵੀ ਪਈ ਹੋਈ ਹੈ। ਇਹ ਦੇਖੋ ਆਪਾਂ ਕਟਿੰਗ ਕਰਦੇ ਹਾਂ ਜਦੋਂ ਪ੍ਰੈਸ ਕਰਦੇ ਹਾਂ ਇਹਦੀ ਕਰੀਜ ਇਹਦੀ ਵੀ ਪਈ ਹੋਈ ਹੈ। ਇਹ ਹੁਣ ਦੋਨੋਂ ਕਰੀਜਾਂ ਨੂੰ ਆਪਾਂ ਸਿਲਾਈ ਜਦੋਂ ਲਾਉਣੀ ਹੈ ਬਿਲਕੁਲ ਸੈਂਟਰ ਸੈਂਟਰ 'ਚ ਸਿਲਾਈ ਲਾਵਾਂਗੇ। ਮੈਂ ਤੁਹਾਨੂੰ ਦੱਸੂੰਗੀ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਗਲਾ ਟੇਢਾ ਜਿਹਾ ਕਿਉਂ ਜਾਂਦਾ, ਇਸ ਕਾਰਨ ਜਾਂਦਾ ਜੀ ਆਪਾਂ ਸੈਂਟਰ 'ਚੋਂ ਨਹੀਂ ਬਿਲਕੁਲ ਸਿਲਾਈ ਲਾਉਂਦੇ। ਬਿਲਕੁਲ ਸੌਖਾ ਤਰੀਕਾ, ਤੁਸੀਂ ਸੈਂਟਰ ਸੈਂਟਰ 'ਚੋਂ ਇਹਦੇ ਸਿਲਾਈ ਲਾ ਕੇ ਫਿਰ ਇੱਕ ਤੁਹਾਨੂੰ ਹੋਰ ਗੱਲ ਅੱਗੇ ਦੇਖਿਓ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਦੱਸ ਰਹੇ ਆਪਾਂ। ਇਹ ਦੇਖੋ ਜੀ ਇਹ ਸਿਲਾਈ ਆਪਾਂ ਨੇ ਲਾ ਤੀ ਅਤੇ ਹੁਣ ਇਹ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਆਪਣਾ ਗਲਾ ਜਿਹੜਾ ਸਹੀ ਜੜਿਆ ਪਿਆ, ਕਿਸੇ ਪਾਸਿਓਂ ਟੇਢਾ ਤਾਂ ਨਹੀਂ ਜਾ ਰਿਹਾ। ਇਹ ਦੇਖੋ ਜੀ ਇਹ ਗਲੇ ਜਦੋਂ ਆਪਾਂ ਮਿਲਾਉਣੇ ਨੇ ਬਿਲਕੁਲ ਸੇਮ ਹੋਣੇ ਚਾਹੀਦੇ ਨੇ, ਕਿਸੇ ਪਾਸੇ ਘੱਟ ਵੱਧ ਕੱਪੜਾ ਨਹੀਂ ਰਹਿਣਾ ਚਾਹੀਦਾ। ਐਵੇਂ ਜੀ ਦੇਖੋ ਮੋਢੇ, ਮੋਢਿਆਂ ਦੀ ਜਿਹੜੀ ਸਿਲਾਈ ਹੈ ਉਹ ਸੈਂਟਰ 'ਚ ਆਉਣੀ ਚਾਹੀਦੀ ਹੈ ਜਦੋਂ ਆਪਾਂ ਐਂ ਖਿੱਚਦੇ ਹਾਂ। ਇਹ ਦੇਖੋ ਇੱਧਰੋਂ ਵੀ ਇਕਸਾਰ ਨੇ ਅਤੇ ਇੱਥੋਂ ਵੀ ਇਕਸਾਰ ਨੇ। ਜੇ ਵੱਧ ਘੱਟ ਹੈ ਜੀ ਫਿਰ ਆਪਣਾ ਗਲਾ ਜਿਹੜਾ ਟੇਢਾ ਜੜਿਆ ਹੋਇਆ। ਇਸ ਤਰੀਕੇ ਨਾਲ ਤੁਸੀਂ ਗਲਾ ਜਿਹੜਾ ਵੀ ਸੈਂਟਰ ਕਰ ਸਕਦੇ ਹੋ ਗਲੇ ਦਾ। ਹੁਣ ਆਪਾਂ ਦੂਸਰੀਆਂ ਸਿਲਾਈਆਂ ਲਾ ਦਿੰਦੇ ਹਾਂ ਜੀ। ਬਾਕੀ ਇਹ ਮੈਨੂੰ ਉਮੀਦ ਹੈ ਇਹ ਤਰੀਕਾ ਤੁਹਾਨੂੰ ਸੌਖਾ ਲੱਗਿਆ ਹੋਊਗਾ ਵੀ ਗਲਾ ਕਿਵੇਂ ਜੜੀਏ। ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਜੀ। ਵੀਡੀਓ ਨੂੰ ਇੱਕ ਐਂਡ ਤੱਕ ਤੇ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ। ਅਤੇ ਇੱਕ ਹੋਰ ਦਿੱਕਤ ਆਉਂਦੀ ਹੈ ਜੀ ਲਾਈਨਿੰਗ ਵਾਲੀ ਫਰੋਕ ਦੀ, ਜਿਹੜੀ ਨੀਚੋਂ ਘੇਰ ਹੁੰਦਾ ਉਹਦੀ ਸਿਲਾਈ ਲਾਉਣ ਵੇਲੇ ਵੀ ਤੁਹਾਨੂੰ ਮੈਂ ਅੱਗੇ ਵੀਡੀਓ 'ਚ ਦੱਸੂੰਗੀ। ਬਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜੀ। ਆਪਾਂ ਨੇ ਗਲੇ ਦੇ ਜਿਹੜੀ ਕਟਿੰਗ ਕੀਤੀ ਹੋਈ ਸੀ ਉਹਦੇ ਕੋਲ ਕੋਲ ਦੀ ਬਿਲਕੁਲ ਨਾਲ ਨਾਲ ਸਿਲਾਈ ਲਾ ਦੇਣੀ ਹੈ ਜੀ। ਆਪਣਾ ਇਸ ਤਰੀਕੇ ਨਾਲ ਤੁਸੀਂ ਗਲਾ ਜਿਹੜਾ ਸ਼ਰਟ 'ਤੇ ਅਟੈਚ ਕਰ ਲੈਣਾ। ਬਾਕੀ ਗਲੇ ਦੀ ਵੀਡੀਓ ਮੈਂ ਪਹਿਲਾਂ ਵੀ ਬੈਕ ਅਤੇ ਫਰੰਟ ਗਲੇ ਦੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ। ਤੁਸੀਂ ਜੇਕਰ ਕੁਛ ਹੋਰ ਦੇਖਣਾ ਚਾਹੁੰਦੇ ਹੋ ਵੀ ਗਲੇ ਦੀ ਪ੍ਰੋਪਰ ਵੀ ਜਿਵੇਂ ਆਪਾਂ ਸਟਿਚਿੰਗ ਕਿਵੇਂ ਕਰੀਏ, ਉਹ ਤੁਸੀਂ ਵੀਡੀਓ ਪਿੱਛੇ ਜਾ ਕੇ ਮੇਰੇ ਚੈਨਲ 'ਤੇ ਦੇਖ ਸਕਦੇ ਹੋ ਜੀ। ਆਪਾਂ ਹੁਣ ਇਹਦੇ ਕੋਲ ਅੱਧਾ ਅੱਧਾ ਇੰਚ ਕੱਪੜਾ ਰੱਖ ਕੇ ਕਟਿੰਗ ਕਰਤੀ ਜੀ। ਹੁਣ ਆਪਾਂ ਇਹਦੇ ਵਿੱਚ ਕੱਟ ਪਾ ਲਾਂਗੇ। ਇਹ ਦੇਖੋ ਜਿਵੇਂ ਕੋਰਨਰ ਹੈ ਇੱਥੋਂ ਜਦੋਂ ਫੋਲਡ ਹੁੰਦਾ ਫਿਰ ਨੀ ਵਿੱਚ ਬਲਜੇ ਨਹੀਂ ਪੈਂਦੇ। ਆਪਾਂ ਇਹ ਕੱਟ ਜਿਹੜੇ ਪਾ ਲਾਂਗੇ ਥੋੜ੍ਹੀ ਥੋੜ੍ਹੀ ਦੂਰ 'ਤੇ, ਦੋਨੋਂ ਸਾਈਡ ਆਪਾਂ ਕੱਟ ਪਾ ਲੈਣੇ ਜੀ। ਹੁਣ ਦੇਖੋ ਤੁਸੀਂ ਗਲਾ ਦੇਖ ਸਕਦੇ ਹੋ ਕਿੰਨੀ ਸੋਹਣੀ ਸ਼ੇਪ ਆਈ ਹੈ ਗਲੇ ਦੀ ਆਪਣੀ। ਇਹ ਦੇਖੋ ਜੀ ਇੱਥੋਂ ਵੀ ਆਪਾਂ ਇਹਨੂੰ ਜਿਹੜੇ ਕੋਨੇ ਜੇ ਨੇ ਇਹਨਾਂ ਨੂੰ ਕੱਢ ਲਾਂਗੇ। ਦੇਖੋ ਕਿੰਨੀ ਸੋਹਣੀ ਸ਼ੇਪ ਲੱਗਦੀ ਹੈ ਗਲੇ ਦੀ। ਗਲਾ ਬਹੁਤ ਸੋਹਣਾ ਲੱਗਦਾ ਜੀ ਇਹ ਬਣਾਇਆ। ਜੇਕਰ ਆਪਾਂ ਵੱਡੇ ਵੀ ਕਿਸੇ ਵੱਡੇ ਦੇ ਬਣਾ ਰਹੇ ਹਾਂ ਤਾਂ ਥੋੜ੍ਹੀ ਜਿਹੀ ਗਲੇ ਦੀ ਜਿਹੜੀ ਲੰਬਾਈ ਹੈ ਉਹ ਵੱਧ ਰੱਖੀ ਜਾਂਦੀ ਹੈ। ਇਹ ਗਲਾ ਜ਼ਿਆਦਾ ਕੁੜਤਾ ਟਾਈਪ ਜਿਹੜੇ ਆਪਾਂ ਬਣਾਉਂਦੇ ਹਾਂ ਉਹਨਾਂ 'ਤੇ ਜ਼ਿਆਦਾ ਸੋਹਣਾ ਲੱਗਦਾ ਜੀ। ਇਹਦਾ ਆਪਾਂ ਜਿਹੜਾ ਪਿਛਲਾ ਗਲਾ ਉਹ ਵੀ ਛੋਟਾ ਹੀ ਰੱਖਾਂਗੇ ਜੀ, ਵਾਲਾ ਵੱਡਾ ਨਹੀਂ ਬਣਾਉਂਦੇ। ਇਹਨੂੰ ਆਪਾਂ ਮੈਂ ਮਸ਼ੀਨ ਨਾਲ ਹੀ ਕੱਚਾ ਪਾਤਾ ਹੈ ਜੀ, ਕਿਉਂਕਿ ਜਿਹੜੇ ਵੀ ਲਾ ਲਓ ਸ਼ਿਲਕ ਦੇ ਜਾਂ ਕਿਵੇਂ ਸੂਟ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਗਲੀਆਂ ਜਿਹੀਆਂ ਪੈ ਜਾਂਦੀਆਂ ਨੇ। ਇਹ ਤਾਂ ਦੁਪੱਟਾ ਸੀ ਜੀ, ਇਹਦੇ ਵਿੱਚ ਕੋਈ ਚੱਕਰ ਨਹੀਂ। ਇਹ ਆਪਾਂ ਹੁਣ ਬੈਕ ਗਲਾ ਬਣਾ ਰਹੇ ਹਾਂ ਜੀ। ਇਹ ਵੀ ਆਪਾਂ 3.5 ਇੰਚ ਰੱਖਿਆ ਗਾ, ਜ਼ਿਆਦਾ ਵੱਡਾ ਗਲਾ ਨਹੀਂ ਬਣਾਇਆ, ਕਿਉਂਕਿ ਜਿਹੜੀ ਫਰੋਕ ਹੈ ਉਹ 15 ਕੁ ਸਾਲ ਦੀ ਗੁੜੀ ਆ ਉਸ ਦੀ ਫਰੋਕ ਹੈ ਜੀ ਇਹ। ਇਸੇ ਕਰਕੇ ਇਹਦੇ ਵਿੱਚ ਪਲੇਟਾਂ ਵਗੈਰਾ ਨਹੀਂ ਪਾਈਆਂ, ਕਿਉਂਕਿ ਵਧੀਆ ਨਹੀਂ ਲੱਗਦੀਆਂ ਬੱਚੇ ਦੇ ਪਲੇਟਾਂ ਪਾਈਆਂ ਹੋਈਆਂ। ਇਹ ਆਪਾਂ ਗਲਾ ਪਿਛਲਾ ਗਲਾ ਬਣਾ ਦਿੰਦੇ ਹਾਂ ਜੀ। ਇਹਦੀ ਵੀ ਵੀਡੀਓ ਮੈਂ ਪਹਿਲਾਂ ਅਪਲੋਡ ਕੀਤੀ ਹੋਈ ਹੈ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਤਰਪਾਈ ਨਾ ਕਰਿਓ, ਵੀ ਘੱਟ ਤੋਂ ਘੱਟ ਵੀ ਫਰੰਟ ਗਲੇ 'ਤੇ ਬੇਸ਼ੱਕ ਕਰ ਦਿਓ, ਵੀ ਬੈਕ ਗਲੇ 'ਤੇ ਵੀ ਸਿਲਾਈ ਹੋਈ ਮਾਰ ਦਿਓ, ਕਿਉਂਕਿ ਰੇਡੀਮੇਡ ਫਰਾਕ ਵਾਂਗੂ ਇਹਨਾਂ ਦੀ ਫਰੋਕ ਹੈ ਜਿਹੜੀ ਉਵੇਂ ਲੱਗਣੀ ਚਾਹੀਦੀ ਹੈ।
ਇਹ ਦੇਖੋ ਜੀ, ਇਹ ਆਪਾਂ ਦੋਨੋਂ ਗਲੇ ਬਣਾ ਲਏ ਨੇ, ਬੈਕ ਅਤੇ ਫਰੰਟ। ਹੁਣ ਆਪਾਂ ਨੇ ਇਹਦੇ ਵਿੱਚ ਘੇਰਾ ਜਿਹੜਾ ਵਲ ਪਾਉਣੇ ਨੇ ਆਪਾਂ ਨੇ ਉਹ ਕਰਨਾ। ਇਹ ਆਪਾਂ ਸੈਂਟਰ ਕਰ ਲਿਆ ਜੀ, ਦੋਨੋਂ ਜਿਹੜੇ ਉੱਪਰਲੇ ਪੱਲੇ ਸੀਗੇ ਇਹਨਾਂ ਦਾ ਸੈਂਟਰ ਕਰ ਲਿਆ। ਹੁਣ ਆਪਾਂ ਨੀਚੇ ਵਾਲੇ ਪੱਲੇ ਦੇ ਵਿੱਚ ਜਿੱਥੇ ਵਲ ਪਾਉਣੇ ਨੇ ਉੱਥੇ ਲਾਈਨਿੰਗ ਅਟੈਚ ਕਰਦੇ ਹਾਂ, ਆਪਾਂ ਇਹਦਾ ਵੀ ਸੈਂਟਰ ਕਰ ਲਾਂਗੇ ਜੀ, ਕਿਉਂਕਿ ਆਪਾਂ ਨੂੰ ਆਈਡੀਆ ਲੱਗ ਸਕੇ ਵੀ ਇੱਥੇ ਆਪਣਾ ਜਿਹੜਾ ਸੈਂਟਰ ਹੈ ਇਹਦਾ, ਕਿਉਂਕਿ ਜਦੋਂ ਆਪਾਂ ਵਲ ਪਾਵਾਂਗੇ ਆਪਣਾ ਪੱਲਾ ਇੱਧਰ ਉੱਧਰ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਹ ਲਾਈਨਿੰਗ ਹੈ ਜੀ, ਲਾਈਨਿੰਗ ਦਾ ਵੀ ਆਪਾਂ ਇਸੇ ਤਰ੍ਹਾਂ ਸੈਂਟਰ ਜਿਹਾ ਕਰਕੇ ਬਸ ਉਹਦੇ ਨਾਲ ਅਟੈਚ ਕਰ ਲਾਂਗੇ। ਇਹ ਲਾਈਨਿੰਗ ਅਟੈਚ ਜੀ ਜ਼ਿਆਦਾਤਰ ਮੈਂ ਫੈਵੀਕੋਲ ਨਾਲ ਕਰਦੀ ਹੁੰਦੀ ਹਾਂ, ਮਸ਼ੀਨ ਨਾਲ ਵੀ ਮੈਂ ਜਿਹੜਾ ਕੱਚਾ ਹੈਗਾ ਉਹ ਪਾ ਲੈਂਦੀ ਹਾਂ, ਪਰ ਜਦੋਂ ਆਪਾਂ ਨੂੰ ਕੋਈ ਥੋੜ੍ਹਾ ਬਹੁਤਾ ਕਾਲੀ ਦਾ ਕੰਮ ਹੁੰਦਾ ਫਿਰ ਆਪਾਂ ਫੈਵੀਕੋਲ ਨਾਲ ਵੀ ਕਰ ਸਕਦੇ ਹਾਂ। ਇਹ ਆਪਾਂ ਇਹਨੂੰ ਇਹਦੇ ਨਾਲ ਜਿਹੜਾ ਜੜ ਲਾਂਗੇ ਜੀ ਚੰਗੀ ਤਰ੍ਹਾਂ, ਫਿਰ ਆਪਾਂ ਨੂੰ ਵਲ ਪਾਉਣ ਵੇਲੇ ਦਿੱਕਤ ਨਹੀਂ ਆਊਗੀ ਵੀ ਲਾਈਨਿੰਗ ਇੱਧਰ ਚਲੀ ਗਈ ਜਾਂ ਕੱਪੜਾ ਉੱਪਰਲਾ, ਕਿਉਂਕਿ ਜਿਹੜਾ ਇਹ ਦੁਪੱਟਾ ਸੀਗਾ ਇਹ ਮਸਲੀਨ ਜੇ ਦਾ ਸੋਫਟ ਜਿਹਾ ਦੁਪੱਟਾ ਸੀਗਾ। ਇਹ ਦੇਖ ਸਕਦੇ ਹੋ ਜੀ ਤੁਸੀਂ ਇੰਨੀ ਕੁ ਘੱਟ ਕੱਟੀ ਸੀਗੀ ਮੈਂ, ਜਿਹੜੀ ਲਾਈਨਿੰਗ ਹੈ ਇਹਨੂੰ ਆਪਾਂ ਅਟੈਚ ਕਰ ਲੈਂਦੇ ਹਾਂ ਜੀ ਇਹਦੇ ਨਾਲ। ਇਹਦੇ ਨਾਲ ਆਪਾਂ ਨੂੰ ਜਦੋਂ ਆਪਾਂ ਚੋਣਾਂ ਪਾਵਾਂਗੇ, ਭਾਵੇਂ ਵਲ ਕਹਿ ਲਓ ਭਾਵੇਂ ਚੋਣਾਂ ਕਹਿ ਲਓ, ਉਦੋਂ ਆਪਾਂ ਨੂੰ ਦਿੱਕਤ ਨਹੀਂ ਆਊਗੀ। ਪਹਿਲਾਂ ਜਿਹੜੀ ਮੈਂ ਫਰੋਕ ਬਣਾਈ ਸੀ ਜੀ ਉਹ 'ਚ ਮੈਂ ਧਾਗਾ ਖਿੱਚ ਕੇ ਵਲ ਪਾਏ ਸੀਗੇ, ਇਹਦੇ ਵਿੱਚ ਆਪਾਂ ਹੋਰ ਤਰੀਕੇ ਨਾਲ ਵਲ ਪਾਵਾਂਗੇ ਜੀ। ਇਹਨੂੰ ਦੋਨੋਂ ਪੱਲਿਆਂ ਨੂੰ ਆਪਾਂ ਇਹਦੇ ਨਾਲ ਪੱਕਾ ਕਰ ਲੈਂਦੇ ਹਾਂ ਜੀ ਲਾਈਨਿੰਗ ਨੂੰ। ਇਹ ਦੇਖੋ ਇਸ ਤਰੀਕੇ ਨਾਲ ਆਪਾਂ ਇਹ ਜਿਹੜਾ ਇਹ ਲਾਈਨਿੰਗ ਹੈ ਅਤੇ ਪੱਕੀ ਕਰ ਲਈ ਹੈ। ਅਤੇ ਹੁਣ ਇਹ ਆ ਗਿਆ ਜੀ ਸੈਂਟਰ ਉੱਪਰ ਬਾਡੀ ਦਾ, ਅਤੇ ਇਹ ਆ ਗਿਆ ਜੀ ਲਾਈਨਿੰਗ ਦਾ। ਇੱਥੋਂ ਆਪਾਂ ਸੈਂਟਰ 'ਚੋਂ ਵਲ ਪਾਉਣੇ ਸ਼ੁਰੂ ਕਰ ਦਾਂਗੇ ਜੀ। ਬਸ ਜਿੰਨਾ ਕੁ ਤੁਹਾਡੇ ਕੋਲ ਵੀ ਪੱਲੇ ਦੀ ਚੜਾਈ ਹੋਊਗੀ ਉਸ ਹਿਸਾਬ ਨਾਲ ਤੁਸੀਂ ਵਲ ਪਾ ਦਿਓ। ਮੈਂ ਵਲ ਇਸ ਤਰੀਕੇ ਨਾਲ ਪਾ ਰਹੀ ਹਾਂ ਜੀ ਵੀ ਦੋਨੋਂ ਪਾਸੇ ਮੂੰਹ ਕਰਕੇ ਬੋਕਸ ਪਲੇਟ ਜੀ ਕਹਿ ਦਿੰਦੇ ਨੇ ਇਹਨਾਂ ਨੂੰ, ਉਵੇਂ ਦੇ ਵਲ ਪਾ ਰਹੇ ਹਾਂ, ਇੱਕ ਦਾ ਮੂੰਹ ਉੱਧਰ ਹੋਊਗਾ ਇੱਕ ਦਾ ਮੂੰਹ ਉੱਧਰ ਹੋਊਗਾ, ਐਵੇਂ ਜੋੜ ਕੇ ਇਹ ਜ਼ਿਆਦਾ ਵਧੀਆ ਲੱਗਦੇ ਨੇ ਜੀ। ਪਹਿਲਾਂ ਆਪਾਂ ਪਹਿਲਾਂ ਵਾਲੀ ਫਰਾਕ 'ਚ ਹੋਰ ਤਰ੍ਹਾਂ ਵਲ ਪਾਏ ਸੀਗੇ, ਇਹ 'ਚ ਹੋਰ ਤਰ੍ਹਾਂ ਪਾ ਰਹੇ ਹਾਂ ਜੀ। ਪਹਿਲਾਂ ਆਪਾਂ ਸੈਂਟਰ 'ਚੋਂ ਲੱਗ ਕੇ ਇੱਕ ਸਾਈਡ 'ਤੇ ਪਾ ਲਾਂਗੇ ਜੀ ਵਾਲੇ ਦੇ। ਅਤੇ ਆਪਾਂ ਅੱਜ ਤੁਹਾਡੇ ਨਾਲ ਫੁੱਲ ਸਟਿਚਿੰਗ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਜੀ। ਇਸ ਤੋਂ ਬਾਅਦ ਜਦੋਂ ਫਰੋਕ ਬਣ ਗਈ ਤੁਹਾਡੇ ਨਾਲ ਫਿਰ ਵੀ ਇਹਦੇ ਵਿੱਚ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ, ਬਸ ਐਂਡ ਤੱਕ ਦੇਖਦੇ ਜਾਇਓ ਜੀ। ਅੱਜ ਦੀ ਵੀਡੀਓ ਮੇਰੀ ਬਹੁਤ ਜ਼ਿਆਦਾ ਲੰਬੀ ਹੋ ਗਈ, ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ, ਸ਼ੇਅਰ ਵੀ ਕਰ ਦਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ। ਇਹ ਆਪਾਂ ਨੇ ਜਿਹੜੇ ਇਹ ਤੁਸੀਂ ਆਈਡੀਆ ਨਾਲ ਪਾ ਸਕਦੇ ਹੋ ਜੀ, ਜਿਵੇਂ ਦੇਖੋ ਇਹਨਾਂ ਦਾ ਜਿੱਥੋਂ ਆਪਣੀ ਬਾਡੀ ਹੈ ਜਿਹੜੀ ਉਹ ਖਤਮ ਹੋਊਗੀ, ਆਪਣਾ ਘੇਰ ਇਹ ਨੀਚੇ ਵਾਲਾ ਜਿਹੜਾ ਪੱਲਾ ਗਾ ਉਹਦਾ ਤੁਸੀਂ ਦੇਖ ਲਿਓ, ਲਾਸਟ 'ਤੇ ਇੱਕ ਆਪਾਂ ਸਿੰਗਲ ਵਲ ਪਾਵਾਂਗੇ, ਜਿਵੇਂ ਇਹ ਦੋ ਜੁੜਵੇਂ ਹੋ ਗਏ ਅਤੇ ਇੱਕ ਵਲ ਜਿੰਨਾ ਕੁ ਕੱਪੜਾ ਬਚਿਆ ਸੀ ਇਹਦਾ ਆਪਾਂ ਸਿੰਗਲ ਪਾ ਦਾਂਗੇ। ਇਹ ਤੁਸੀਂ ਵਲ ਨੇ ਜਿਹੜੇ ਇਹਨਾਂ ਦੀ ਚੜਾਈ 1.5 ਇੰਚ ਤੋਂ ਜ਼ਿਆਦਾ ਨਾ ਰੱਖਿਓ ਜੀ, ਉਹ ਨਹੀਂ ਵਧੀਆ ਲੱਗਦੀ। ਜੇ ਆਪਾਂ ਉਈ 4-4 ਇੰਚ ਦੇ ਚੱਕ ਕੇ ਵਲ ਪਾ ਤਾਂ ਉਹ ਵੀ ਨਹੀਂ ਵਧੀਆ ਲੱਗਦਾ। ਤੁਸੀਂ ਜਿਹੜਾ ਇਹ ਵਲਾਂ 'ਚ ਕੱਪੜਾ ਦੇਣਾ ਇਹ 1.5 ਇੰਚ ਤੋਂ ਜ਼ਿਆਦਾ ਨਾ ਦਿਓ, 1 ਇੰਚ ਤੋਂ ਲਾ ਕੇ 1.5 ਇੰਚ ਤੱਕ ਦਾ ਤੁਸੀਂ ਇਹ ਵਲ ਚੱਕ ਕੇ ਪਾ ਸਕਦੇ ਹੋ ਜੀ। ਜ਼ਿਆਦਾ ਚੌੜਾ ਚੌੜੇ ਜੇ ਵਲ ਵੀ ਵਧੀਆ ਨਹੀਂ ਲੱਗਦੇ, ਇਹ ਜਿਹੜੇ ਵਲ ਹੁੰਦੇ ਨੇ ਇਹ ਜ਼ਿਆਦਾ ਬਰੀਕ ਵੀ ਨਹੀਂ ਵਧੀਆ ਲੱਗਦੇ। ਹੁਣ ਆਪਾਂ ਜਿਹੜਾ ਦੂਸਰੀ ਸਾਈਡ 'ਤੇ ਇਸੇ ਤਰੀਕੇ ਨਾਲ ਵਲ ਪਾਉਣੇ ਨੇ।
ਜੇਕਰ ਤੁਸੀਂ ਪਹਿਲੀ ਵਾਰ ਵੀ ਐਵੇਂ ਵੀ ਤੁਹਾਨੂੰ ਨਹੀਂ ਇਹ ਸਮਝ 'ਚ ਆ ਰਿਹਾ, ਫਿਰ ਤੁਸੀਂ ਧਾਗਾ ਖਿੱਚ ਕੇ ਵਾਲੇ ਵਾਲ ਸਾਰਿਆਂ 'ਚੋਂ ਵਧੀਆ ਨੇ ਜੀ, ਤੁਸੀਂ ਉਹ ਪਾ ਸਕਦੇ ਹੋ। ਉਹ ਬਿਲਕੁਲ ਸੌਖੇ ਹੁੰਦੇ ਨੇ ਜੀ, ਕੋਈ ਆਪਾਂ ਨੂੰ ਇਹ ਟੈਨਸ਼ਨ ਨਹੀਂ ਵੀ ਵੱਧ ਪੈ ਗਏ ਜਾਂ ਘੱਟ ਪੈ ਗਏ ਉਹਨਾਂ ਦੇ। ਉਹਦੇ ਵਿੱਚ ਹਲਕੇ ਹਲਕੇ ਜਿਵੇਂ ਚੁਟਕੀ ਜਿਹੇ ਵਾਲੇ ਵਾਲ ਹੁੰਦੇ ਨੇ, ਉਵੇਂ ਬਸ ਐਟੋਮੈਟਿਕ ਧਾਗਾ ਖਿੱਚਣ ਨਾਲ ਉਹ ਪੈ ਜਾਣਗੇ। ਇਹ ਆਪਾਂ ਉੱਪਰ ਲੈਸ ਲਾ ਦਿੰਦੇ ਹਾਂ ਜੀ, ਇਹਦਾ ਦੋ ਕਾਰਨ ਹੈ। ਇੱਕ ਤਾਂ ਇਹ ਸੌਫਟ ਵਾਲਾ ਕੱਪੜਾ ਹੈ ਨਾ, ਜਦੋਂ ਆਪਣੀ ਜਿਹੜੀ ਇਹ ਬਾਡੀ ਜੜੀ ਹੋਈ ਹੈ ਨਾ ਉੱਪਰ ਵਾਲੀ, ਇਹਦੇ ਵਿੱਚ ਇਹ ਪੱਕਾ ਹੋ ਜੂਗਾ। ਦੂਸਰਾ, ਇਹ ਜਿਹੜੇ ਧਾਗੇ ਨਹੀਂ ਨਿਕਲਣਗੇ, ਤਾਂ ਕਰਕੇ ਮੈਂ ਇਸ ਜਗ੍ਹਾ 'ਤੇ ਲੈਸ ਲਾ ਰਹੀ ਹਾਂ ਜੀ। ਇਹਨੂੰ ਆਪਾਂ ਬੈਕ ਫਰੰਟ 'ਤੇ ਦੋਨੋਂ ਪਾਸੇ ਲਾ ਦਾਂਗੇ। ਇਹ ਥੋੜ੍ਹੀ ਜਿਹੀ ਲੈਸ ਹੈ ਜਿਹੜੀ ਚੜਾਈ 'ਚ ਹੈ, ਜੇਕਰ ਇਹ ਵੀ ਘੁੰਮਦੀ ਹੁੰਦੀ ਤਾਂ ਆਪਾਂ ਗਲੇ 'ਤੇ ਵੀ ਇਸ ਨੂੰ ਲਾ ਦਿੰਦੇ, ਪਰ ਇਹ ਥੋੜ੍ਹੀ ਜਿਹੀ ਬਟ ਜੇ ਖਾਣੇ ਖਾ ਜਾਂਦੀ ਜੇ ਆਪਾਂ ਇਹਨੂੰ ਵੀ ਗਲੇ 'ਤੇ ਘੁਮਾਉਂਦੇ। ਆਪਾਂ ਦੋਨੋਂ ਪੱਲਿਆਂ 'ਤੇ ਲਾ ਦਾਂਗੇ ਜੀ ਇਸ ਤਰੀਕੇ ਨਾਲ। ਇਹਨੂੰ ਲੈਸ ਨਾਲ ਡਿਜ਼ਾਇਨ ਤਾਂ ਜੀ ਬਹੁਤ ਹੋਰ ਵੀ ਬਣ ਜਾਂਦੇ, ਪਰ ਉਹ ਕਹਿੰਦੇ ਵੀ ਸਿੰਪਲ ਜੀ ਰੱਖਣੀ ਆ, ਜ਼ਿਆਦਾ ਕੁਛ ਨਹੀਂ ਕਰਨਾ ਇਹ 'ਤੇ। ਆਪਾਂ ਇਸ ਨੂੰ ਜੀ ਦੋਨੋਂ ਪੱਲਿਆਂ 'ਤੇ ਘੁਮਾ ਕੇ ਅਤੇ ਡਬਲ ਸਿਲਾਈ ਵੀ ਲੱਗੂਗੀ, ਇੱਕ ਹੋਰ ਸਿਲਾਈ ਲਾਵਾਂਗੇ ਉੱਪਰ ਵੱਲ ਨੂੰ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆਪਣੇ ਇਹ ਵੀ ਪਲੇਟਾਂ ਪਾਈਆਂ ਨੇ, ਭਾਵੇਂ ਵਲ ਕਹਿ ਲਓ, ਪਲੇਟਾਂ ਕਹਿ ਲਓ, ਭਾਵੇਂ ਚੋਣਾਂ ਕਹਿ ਲਓ, ਹੈ ਨਾ, ਕਿੰਨੀਆਂ ਵਧੀਆ ਲੱਗ ਰਹੇ ਨੇ। ਇਸ ਤਰੀਕੇ ਨਾਲ ਤੁਸੀਂ ਵੀ ਜੀ, ਜੇਕਰ ਤੁਹਾਡੇ ਕੋਲ ਕੋਈ ਪੁਰਾਣਾ ਦੁਪੱਟਾ ਪਿਆ ਗਾ, ਤੁਸੀਂ ਉਹ ਤੋਂ ਬਹੁਤ ਸੋਹਣੀ ਫਰੋਕ ਤਿਆਰ ਕਰ ਸਕਦੇ ਹੋ। ਇਹ ਹੁਣ ਆਪਣੇ ਕੋਲ ਬਾਜੂ ਨੇ ਜੀ, ਇਹਨਾਂ ਦੇ ਜਿੱਥੇ ਆਪਾਂ ਜੋੜ ਪਾਇਆ ਸੀਗਾ, ਜੋੜ 'ਤੇ ਆਪਾਂ ਲੈਸ ਰੱਖ ਦਾਂਗੇ। ਇਹਦੇ ਵੀ ਜੋੜ 'ਤੇ ਲੈਸ ਮੈਂ ਇਸ ਕਰਕੇ ਰੱਖ ਰਹੀ ਹਾਂ ਵੀ ਇਹ ਜੋੜ ਹੈ ਜਿਹੜਾ ਪੱਕਾ ਹੋ ਜਾਵੇ ਚੰਗੀ ਤਰ੍ਹਾਂ। ਇਹਦਾ ਜਿਹੜਾ ਲੈਸ ਦੇ ਕਟਾਵਾਂ ਦਾ ਮੂੰਹ ਹੈ ਜੀ, ਉਹ ਫਰੰਟ ਮੂਹਰਲੇ ਪਾਸੇ ਨੂੰ ਰੱਖਣਾ ਗਾ, ਵੀ ਮੋਢੇ ਦਾ ਇਸ ਤਰੀਕੇ ਨਾਲ ਰੱਖਿਓ ਵੀ ਮੂਹਰਲੇ ਪਾਸੇ ਕਟਾਵ ਆਉਣ ਤੁਹਾਡੇ। ਆਪਾਂ ਦੋਨੋਂ ਬਾਹਾਂ 'ਤੇ ਵੀ ਇਸੇ ਤਰੀਕੇ ਨਾਲ ਲਾ ਲਾਂਗੇ ਜੀ। ਇਹਦੇ ਜੋੜ 'ਚ ਮੈਂ ਕੁਛ ਤਾਂ ਨਹੀਂ ਲਾਇਆ ਜੀ, ਕਿਉਂਕਿ ਕੱਪੜਾ ਸੀ ਜਿਹੜਾ ਜ਼ਿਆਦਾ ਸੌਫਟ ਸੀ, ਇਹਨੇ ਉੱਪਰ ਜੇ ਉੱਠ ਜਾਣਾ ਸੀਗਾ ਜੇ ਆਪਾਂ ਇਹ ਲਾਉਂਦੇ, ਇਸ ਕਰਕੇ ਮੈਂ ਇਹਦੇ ਉੱਪਰ ਰੱਖ ਕੇ ਘੁਮਾ ਰਹੀ ਹਾਂ ਜੀ ਇਹ ਜਿਹੜੀ ਲੈਸ ਹੈ। ਹੁਣ ਆਪਾਂ ਲਾਵਾਂਗੇ ਜੀ ਫਿਟਿੰਗ ਦੀ ਨਿਸ਼ਾਨ। ਮੈਂ ਮੋਢਿਆਂ ਦੀ ਸਿਲਾਈ ਲਾਤੀ ਸੀ ਜੀ, ਉਹ ਵਿੱਚੋਂ ਮੈਥੋਂ ਵੀਡੀਓ ਕੱਟ ਹੋ ਗਈ। ਮੋਢੇ ਜੜਨ ਦਾ ਤਰੀਕਾ ਜਿਹੜਾ ਮੈਂ ਤੁਹਾਡੇ ਨਾਲ ਵੀਡੀਓ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਜੀ, ਤੁਸੀਂ ਉਹ ਦੇਖ ਸਕਦੇ ਹੋ। ਇਹ ਬਾਕੀ ਗੱਲ ਜੀ, ਜਿਹੜੀ ਆਪਾਂ ਪੱਲੇ 'ਤੇ ਲਾਈਨਿੰਗ ਲਾਈ ਹੈ, ਇਹਦੀ ਧੁਰ ਤੱਕ ਸਿਲਾਈ ਨਾਲ ਨਹੀਂ ਲਾਉਣੀ ਜੀ ਆਪਾਂ ਘੇਰ ਦੇ। ਇਹ ਦੇਖੋ ਜੀ, ਇਹਨੂੰ ਆਪਾਂ ਜਦੋਂ ਇੰਚ ਕੁ ਬਾਡੀ ਦੇ ਨੀਚੇ ਤੱਕ ਮਸ਼ੀਨ ਆ ਗਈ, ਨੀਚੋਂ ਵੀ ਉੱਪਰੋਂ ਵੀ, ਇਹਨੂੰ ਆਪਾਂ ਪਿੱਛੇ ਹਟਾ ਦਾਂਗੇ। ਆਪਾਂ ਨੇ ਇਕੱਲੇ ਉੱਪਰ ਵਾਲੇ ਪੱਲੇ ਦੀ ਸਿਲਾਈ ਅਲੱਗ ਲਾਉਣੀ ਹੈ ਅਤੇ ਜਿਹੜੀ ਲਾਈਨਿੰਗ ਹੈ ਇਹਦੀ ਸਿਲਾਈ ਅਲੱਗ ਲਾਉਣੀ ਹੈ। ਇਹਦੇ ਨਾਲ ਕੀ ਹੈ ਜੀ, ਜਦੋਂ ਆਪਣਾ ਘੇਰਾ ਹੁੰਦਾ ਗਾ ਉਹ ਇਕੱਠਾ ਨਹੀਂ ਹੁੰਦਾ ਹੈਗਾ, ਕਿਉਂਕਿ ਜਿਹੜੀ ਫਰੋਕ ਦਾ ਘੇਰਾ ਬਹੁਤ ਵੱਡਾ ਹੁੰਦਾ ਨਾ, ਇਹਦਾ ਜਿਹੜਾ ਘੇਰ ਹੈ ਜੀ 40 ਇੰਚ ਮੰਗੂ ਹੈਗਾ, 40-40 ਇੰਚ ਘੇਰ ਹੈ ਇਹਦਾ। ਜੇ ਆਪਾਂ ਐਡੇ ਵੱਡੇ ਘੇਰ ਨੂੰ ਵੀ ਲਾਈਨਿੰਗ ਨਾਲ ਅਟੈਚ ਕਰ ਦਿੰਦੇ, ਤਾਂ ਜੇਕਰ ਲਾਈਨਿੰਗ ਆਪਣੀ ਨੀਚੋਂ ਬਲ ਖਾ ਰਹੀ ਹੈ ਤਾਂ ਆਪਣੇ ਘੇਰ ਨੇ ਵੀ ਬਲ ਖਾਣੇ ਨੇ। ਇਸ ਕਰਕੇ ਲਾਈਨਿੰਗ ਨੂੰ ਆਪਾਂ ਅਲੱਗ ਤੋਂ ਸਿਲਾਈ ਕਰਾਂਗੇ ਅਤੇ ਜਿਹੜੀ ਆਪਾਂ ਘੇਰ ਹੈ ਇਹਦਾ ਅਲੱਗ ਤੋਂ ਸਿਲਾਈ ਲਾਵਾਂਗੇ, ਇਹਦੀ ਚਾਕਾਂ ਦੀ ਅਲੱਗ ਲਾ ਲਾਂਗੇ ਜੀ। ਲਾਈਨਿੰਗ ਦੀ ਸਿਲਾਈ ਲਾਉਣੀ ਵੀ ਮੈਂ ਅੱਗੇ ਦੱਸ ਰਹੀ ਹਾਂ ਜੀ, ਬਸ ਵੀਡੀਓ ਨੂੰ ਦੇਖੀ ਜਾਇਓ ਧਿਆਨ ਨਾਲ।
ਬਸ ਜਿਹੜੀਆਂ ਇਹਦੇ ਵਿੱਚ ਲੈਣਾ ਜੀਆਂ ਸੀਗੀਆਂ ਨੀਚੇ ਕੰਨੀਆਂ ਅਤੇ ਪੱਲੇ 'ਤੇ ਦੋ ਦੋ ਢਾਈ ਢਾਈ ਕੁ ਇੰਚ ਦਾ ਬਾਰਡਰ ਜਿਹਾ ਬਣਿਆ ਹੋਇਆ ਸੀਗਾ, ਆਪਾਂ ਨੇ ਉਹਦੇ ਕੋਲ ਕੋਲ ਦੀ ਜਿਹੜੀ ਸਿਲਾਈ ਹੈ ਉਹ ਲਾ ਦੇਣੀ ਹੈ ਜੀ। ਤੁਸੀਂ ਇਹ ਫਰੋਕ ਸੀ ਜਿਹੜੀ ਚੱਕਾਂ ਵਾਲੀ ਵੀ ਬਣਾ ਸਕਦੇ ਸੀ, ਪਰ ਵੀ ਛੋਟੇ ਬੱਚੇ ਦੀ ਹੈ ਜੀ, ਬਿਨਾਂ ਚੱਕਾਂ ਵਾਲੀ ਉਹ ਬਣਾ ਰਹੀ ਹਾਂ ਮੈਂ ਇਸ ਕਰਕੇ ਇਹਨੂੰ। ਇਹ ਦੇਖੋ ਜੀ, ਆਪਾਂ ਦੂਸਰੀ ਸਾਈਡ ਤੋਂ ਵੀ ਐਂ ਸਿਲਾਈ ਲਾ ਰਹੇ ਹਾਂ, ਦੋਨੇ ਘੇਰਿਆਂ ਦੀ ਜਿਹੜੀ ਚੱਕਾਂ ਦੀ ਆਪਾਂ ਇਹਨੂੰ ਬੰਦ ਕਰ ਲਾਂਗੇ, ਫਿਰ ਨੀਚੋਂ ਘੇਰਾ ਫੋਲਡ ਕਰਾਂਗੇ ਜੀ ਆਪਾਂ। ਇਸ ਤਰੀਕੇ ਨਾਲ ਜੀ ਤੁਸੀਂ ਸਿਲਾਈ ਲਾ ਲਿਓ, ਇਹ ਤੁਸੀਂ ਦੇਖ ਸਕਦੇ ਹੋ ਜੀ। ਆਪਾਂ ਨੇ ਜਿਹੜੀਆਂ ਇਹਦੀਆਂ ਕੰਨੀਆਂ ਸੀਗੀਆਂ ਦੋ ਦੋ ਇੰਚ ਪਲੇਨ, ਆਪਾਂ ਨੇ ਉਹ ਕਟਿੰਗ ਕਰਤੀ ਸੀ ਜੀ, ਬਸ ਥੋੜ੍ਹਾ ਥੋੜ੍ਹਾ ਇੰਚ ਇੰਚ ਕੁ ਕੱਪੜਾ ਰੱਖਿਆ ਸੀਗਾ। ਹੁਣ ਆਪਾਂ ਜੀ ਲਾਈਨਿੰਗ ਦੀ ਸਿਲਾਈ ਲਾਵਾਂਗੇ। ਇਹ ਲਾਈਨਿੰਗ ਦੀ ਸਿਲਾਈ ਆਪਾਂ ਨੇ ਅੰਦਰ ਨੂੰ ਗੁੰਮ ਲਾਉਣੀ ਹੈ। ਤੁਸੀਂ ਕੀ ਕਰਨਾ, ਜਿਹੜੀ ਲਾਈਨਿੰਗ ਹੈ ਉਹਦਾ ਹੀ ਸਿਲਾਈ ਦਾ ਇਸ ਤਰੀਕੇ ਨਾਲ ਉਹਨੂੰ ਪਲਟਿਓ ਵੀ ਸਿਲਾਈ ਜਿਹੜਾ ਕੱਪੜਾ ਹੈਗਾ ਸਿਲਾਈ ਵਾਲਾ ਉਹ ਅੰਦਰਲੇ ਪਾਸੇ ਫਰੋਕ ਦੇ ਕੱਪੜੇ ਵਾਲੇ ਪਾਸੇ ਰਹਿ ਜੇ। ਇੱਥੋਂ ਆਪਾਂ ਸ਼ੁਰੂ ਕਰ ਲਾਂਗੇ ਜੀ ਸਿਲਾਈ ਲਾਉਣੀ। ਜਿਵੇਂ ਮੈਂ ਸਿਲਾਈ ਲਾ ਰਹੀ ਹਾਂ ਇਸ ਤਰੀਕੇ ਨਾਲ ਤੁਸੀਂ ਸਿਲਾਈ ਲਾ ਸਕਦੇ ਹੋ ਜੀ। ਬਾਕੀ ਇਹ ਕੋਈ ਚੱਕਰ ਨਹੀਂ ਜੀ ਵੀ ਅੰਦਰ ਕੱਪੜੇ ਵਾਲੀ ਸਾਈਡ ਹੀ ਸਿਲਾਈ ਰਹੇ, ਬਾਹਰ ਵੀ ਰਹਿ ਸਕਦੀ ਆ, ਪਰ ਜੇਕਰ ਆਪਾਂ ਅੰਦਰ ਗੁੰਮ ਜੀ ਸਿਲਾਈ ਲਾ ਦਿੰਦੇ ਹਾਂ ਉਹ ਜ਼ਿਆਦਾ ਵਧੀਆ ਲੱਗਦੀ ਹੈ। ਦੋਨੋਂ ਸਾਈਡ ਤੋਂ ਜੀ ਇਸ ਤਰੀਕੇ ਨਾਲ ਆਪਾਂ ਨੇ ਲਾਈਨਿੰਗ ਹੈ ਜਿਹੜੀ ਉਹਦੀ ਵੀ ਸਿਲਾਈ ਲਾ ਦੇਣੀ ਹੈ। ਜੇਕਰ ਤੁਸੀਂ ਵੀ ਇਸ 'ਤੇ ਡਬਲ ਲਾਈਨਿੰਗ ਲਾ ਕੇ ਇਹਨੂੰ ਜ਼ਿਆਦਾ ਫਲਫੀ ਜੀ ਬਣਾਉਣਾ ਚਾਹੁੰਦੇ ਹੋ ਫਰੋਕ ਨੂੰ, ਤਾਂ ਤੁਸੀਂ ਡਬਲ ਵੀ ਲਾ ਸਕਦੇ ਹੋ। ਅਤੇ ਇੱਥੋਂ ਨੀਚੋਂ ਜੀ ਦੋਨੋਂ ਘੇਰ ਦੇ ਵੀ ਲਾਈਨਿੰਗ ਦੇ ਵੀ ਜਦੋਂ ਆਪਾਂ ਖਤਮ ਕਰਨੀ ਹੈ ਇੱਥੋਂ ਥੋੜ੍ਹਾ ਜਿਹਾ ਪੱਕਾ ਜ਼ਰੂਰ ਕਰ ਦਿਓ ਜੀ। ਹੁਣ ਆਪਾਂ ਜਿਹੜੀ ਲਾਈਨਿੰਗ ਹੈ ਨੀਚੋਂ ਫੋਲਡ ਕਰ ਦਾਂਗੇ ਜੀ, ਇਹਨੂੰ ਇੱਥੋਂ ਫੋਲਡ ਕਰ ਲਿਓ ਜੀ। ਮੈਂ ਧਾਗਾ ਥੋੜ੍ਹਾ ਜਿਹਾ ਲਾਈਨਿੰਗ ਦਾ ਜਾਣ ਬੁੱਝ ਕੇ ਲਾਈਟ ਰੱਖਿਆ ਗਾ, ਕਿਉਂਕਿ ਇੱਕ ਤਾਂ ਇਹ ਅੰਦਰੇ ਆ ਜਾਣੀ ਆ ਕੋਈ ਗੱਲ ਨਹੀਂ, ਅਤੇ ਤੁਹਾਨੂੰ ਸਿਲਾਈ ਹੈ ਜਿਹੜੀ ਉਹ ਵੀ ਦਿਸਦੀ ਰਹੇ। ਬਸ ਇਸ ਤਰੀਕੇ ਨਾਲ ਜੀ ਤੁਸੀਂ ਘੇਰ ਫੋਲਡ ਕਰ ਲਿਓ। ਲਾਈਨਿੰਗ ਕੱਟਣੀ ਹੈ ਜਿਹੜੀ ਆਪਾਂ ਨੇ ਦੋ ਢਾਈ ਇੰਚ ਲੰਬਾਈ 'ਚ ਛੋਟੀ ਕੱਟਣੀ ਹੈ, ਦੋ ਢਾਈ ਇੰਚ ਚੜਾਈ 'ਚ। ਚੜਾਈ 'ਚ ਭਾਵੇਂ ਤੁਸੀਂ ਨਾ ਛੋਟੀ ਕੱਟਿਓ ਵੀ ਬਰਾਬਰ ਹੀ ਕੱਟ ਲਿਓ ਜਿੰਨਾ ਆਪਣੇ ਘੇਰ ਹੋਊਗਾ, ਪਰ ਲੰਬਾਈ 'ਚ ਜ਼ਰੂਰ ਛੋਟੀ ਘੱਟ ਰੱਖਿਓ ਜੀ, ਕਿਉਂਕਿ ਫਰੋਕ ਦੇ ਨੀਚੋਂ ਲਾਈਨਿੰਗ ਦਿਸਣੀ ਨਹੀਂ ਚਾਹੀਦੀ, ਇੰਚ ਦੋ ਇੰਚ ਉੱਪਰ ਹੀ ਰਹਿਣੀ ਚਾਹੀਦੀ ਹੈ। ਭਾਵੇਂ ਤੁਸੀਂ ਸ਼ਰਟ 'ਤੇ ਲਾ ਰਹੇ ਹੋ ਲਾਈਨਿੰਗ, ਭਾਵੇਂ ਤੁਸੀਂ ਫਰੋਕ 'ਤੇ ਲਾ ਰਹੇ ਹੋ, ਵੀ ਜਿਹੜੀ ਘੇਰ ਹੁੰਦਾ ਗਾ ਉਹਦੇ ਉੱਪਰ ਉੱਪਰ ਰਹਿਣੀ ਚਾਹੀਦੀ ਹੈ ਲਾਈਨਿੰਗ ਹੈ ਜਿਹੜੀ, ਦੋ ਇੰਚ ਢਾਈ ਇੰਚ ਛੋਟੀ ਰੱਖਿਆ ਕਰੋ ਜੀ। ਸ਼ਰਟ ਦੀ ਲੈਂਥ ਦੇ ਜਿੰਨੀ ਵੀ ਨਹੀਂ ਰੱਖਣੀ ਚਾਹੀਦੀ, ਅਤੇ ਫਰੋਕ ਦੇ ਵੀ ਦੋ ਢਾਈ ਇੰਚ ਉੱਪਰ ਰੱਖੀ ਜਾਂਦੀ ਹੈ। ਇਹ ਤੁਸੀਂ ਦੇਖ ਸਕਦੇ ਹੋ ਜੀ, ਇਹ ਹੈ ਫਿਟਿੰਗ ਦੀ ਨਿਸ਼ਾਨੀ ਸਿਲਾਈ, ਅਤੇ ਇਹ ਹੈ ਜੀ ਫਰੋਕ ਦੀ। ਦੇਖੋ ਇਹਦੀ ਸਿਲਾਈ ਅੰਦਰਲੇ ਪਾਸੇ ਹੈ ਜਿਹੜਾ ਕੱਪੜਾ ਹੈਗਾ, ਇਹਦੀ ਗੁੰਮ ਜੀ ਸਿਲਾਈ ਲਾਈ ਹੈ ਆਪਾਂ ਨੇ। ਇਸ ਤਰੀਕੇ ਨਾਲ ਤੁਸੀਂ ਸਿਲਾਈ ਲਾ ਸਕਦੇ ਹੋ ਜੀ। ਇਹ ਘੇਰ ਆ ਗਿਆ ਜੀ ਆਪਣਾ, ਇਹ ਹੁਣ ਆਪਾਂ ਫਰੰਟ ਜਿਹੜਾ ਇਹ ਘੇਰ ਫੋਲਡ ਕਰਨਾ। ਇਹ ਤਾਂ ਜੀ ਮੈਂ ਪਹਿਲਾਂ ਹੀ ਕੱਟ ਲਾਏ ਸੀ ਵੀ ਆਪਾਂ ਇੰਨੀ ਲੈਂਥ ਰੱਖਣੀ ਹੈ ਇਹਦਾ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕੱਲ੍ਹ ਵਾਲੀ ਵੀਡੀਓ 'ਚ ਦੱਸਿਆ ਸੀ ਵੀ ਜਿਵੇਂ ਇਹ ਡਿਜ਼ਾਈਨ ਬਣਿਆ ਹੋਇਆ ਇਹਦੇ ਕੋਲ ਕੋਲ ਆਪਾਂ ਫੋਲਡ ਕਰ ਦਾਂਗੇ। ਆਪਾਂ ਨੇ ਜਿਹੜੀ ਇਹਦੀ ਕਟਿੰਗ ਕੀਤੀ ਹੈ ਜੀ ਉਦੋਂ ਇਸ ਤਰੀਕੇ ਨਾਲ ਕੀਤੀ ਹੈ ਵੀ ਜਿੱਥੋਂ ਆਪਣਾ ਇਹ ਜਿਹੜਾ ਘੇਰ ਹੈ ਇਹ ਫੋਲਡ ਹੋਊਗਾ, ਇਹ ਜਿਹੜਾ ਡਿਜ਼ਾਈਨ ਬਣਿਆ ਹੋਇਆ ਲੈਣਾ ਜੀਆਂ ਉਹਦੇ ਕੋਲੋਂ ਕੋਲੋਂ ਹੀ ਫੋਲਡ ਹੋਵੇ। ਆਪਾਂ ਇਹਦੀ ਲੈਂਥ ਐਵੇਂ ਰੱਖੀ ਹੈ ਇਸ ਤਰੀਕੇ ਦੀ।
ਹੁਣ ਆਪਾਂ ਇਹਨੂੰ ਇੱਥੋਂ ਫੋਲਡ ਕਰ ਦਾਂਗੇ ਜੀ। ਘੇਰਾ ਵੀ ਬਸ ਤੁਸੀਂ ਧਿਆਨ ਨਾਲ ਜੀ ਸਫਾਈ ਜੀ ਨਾਲ ਫੋਲਡ ਕਰਿਓ। ਮੈਂ 1.5 ਇੰਚ ਚੌੜਾ ਘੇਰ ਜਿਹੜਾ ਇਹਨੂੰ ਮੋੜ ਰਹੀ ਹਾਂ। ਇਸ ਤੋਂ ਬਰੀਕ ਵੀ ਨਹੀਂ ਵੀ ਘੱਟ ਕੱਪੜਾ ਵੀ ਨਹੀਂ ਸੋਹਣਾ ਲੱਗਦਾ, ਇਹ ਤੋਂ ਜ਼ਿਆਦਾ ਚੌੜਾ ਵੀ ਨਹੀਂ ਸੋਹਣਾ ਲੱਗਦਾ। ਇੰਨਾ ਨੋਰਮਲ ਜਿਹਾ ਆਪਾਂ ਜਿਹੜਾ ਇਹ ਕੱਪੜਾ ਇਹ ਫੋਲਡ ਕਰ ਰਹੇ ਹਾਂਗੇ। ਇਹ ਹੁਣ ਆਪਣਾ ਸਾਰਾ ਹੋ ਗਿਆ ਜੀ, ਬਸ ਇਕੱਲੇ ਆਪਣੇ ਮੋਢੇ ਜੜਨੇ ਰਹਿ ਗਏ। ਇੱਕ ਫਰੰਟ ਜਿਹੜਾ ਗਲਾ ਗਾ ਉੱਤੇ ਆਪਾਂ ਤਰਪਾਈ ਕਰਨੀ ਹੈਗੀ, ਬੈਕ 'ਤੇ ਤਾਂ ਆਪਾਂ ਨੇ ਸਿਲਾਈ ਉਲਾ ਦਿੱਤੀ, ਅਤੇ ਬਾਹਾਂ ਜੜਨੀਆਂ ਰਹਿ ਗਈਆਂ ਹੁਣ ਆਪਣੀਆਂ। ਹੁਣ ਪਹਿਲਾਂ ਬਾਹਾਂ 'ਤੇ ਆਪਾਂ ਸਿਲਾਈ ਲਾ ਲੈਂਦੇ ਹਾਂ ਜੀ। ਜਿਹੜੇ ਬਾਹਾਂ 'ਤੇ ਸਿਲਾਈ ਦਾ ਮਾਰਜਨ ਦਾ ਕੱਟ ਮੈਂ ਪਹਿਲਾਂ ਹੀ ਪਾਉਣੀ ਹੁੰਦੀ ਹਾਂ ਵੀ ਆਪਾਂ ਨੂੰ ਆਸਾਨੀ ਨਾਲ ਆਪਾਂ ਫੋਲਡ ਕਰ ਸਕਦੇ ਹਾਂ ਇਹਨੂੰ। ਇੱਥੋਂ ਆਪਾਂ ਜੀ ਇਹਦੀ ਬਾਂਹ ਦੀ ਜਿਹੜੀ ਮੂਰੀ ਹੈ ਉਹਨੂੰ ਫੋਲਡ ਕਰ ਲਾਂਗੇ। ਇਹ ਆਪਾਂ ਬਾਹਾਂ 'ਤੇ ਵੀ ਸਿਲਾਈ ਲਾਉਣੀ ਹੈ ਜੀ। ਜਿੰਨੀ ਆਪਾਂ ਮੂਰੀ ਰੱਖਣੀ ਹੈ ਉੱਨੀ ਮੂਰੀ ਰੱਖ ਕੇ ਆਪਾਂ ਨਿਸ਼ਾਨ ਲਾ ਲੈਣੇ ਨੇ ਜੀ। ਬਾਂਹ ਦੀ ਜਿਹੜੀ ਆਪਾਂ ਸਿਲਾਈ ਲਾਉਂਦੇ ਹਾਂ ਇਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ, ਤੁਸੀਂ ਉੱਥੋਂ ਦੇਖ ਸਕਦੇ ਹੋ। ਕਿਉਂਕਿ ਇਕੱਲੀ ਇਕੱਲੀ ਵੀਡੀਓ ਦੇ ਵਿੱਚ ਜੇ ਆਪਾਂ ਡਿਟੇਲ ਨਾਲ ਦੱਸਣ ਲੱਗ ਜਾਈਏ ਨਾ ਉਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ। ਆਪਾਂ ਨੇ ਐਵੇਂ ਨਿਸ਼ਾਨ ਲਾ ਲੈਣੇ ਨੇ ਜੀ। ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਵੀ ਛੇਪਰ ਫੱਟੀ ਦੀ ਕੋਈ ਜ਼ਰੂਰਤ ਨਹੀਂ, ਬਸ ਨਿਸ਼ਾਨ ਇਸ ਤਰੀਕੇ ਨਾਲ ਲਾਉਣੇ ਨੇ ਵੀ ਜਿਹੜੀ ਬਾਜੂ ਦੀ ਸ਼ੇਪ ਹੈ ਉਹ ਨਾਲ ਦੀ ਨਾਲ ਉਵੇਂ ਬਣ ਜਾਵੇ। ਅਤੇ ਬਾਕੀ ਇਹ ਬੱਚੇ ਦੀ ਫਰਾਕ ਹੋਣ ਕਰਕੇ ਆਪਾਂ ਥੋੜ੍ਹੀ ਜਿਹੀ ਬਾਜੂ ਵੀ ਖੁੱਲ੍ਹੀ ਰੱਖਣੇ ਨੇ, ਮੋਢਾ ਵੀ ਇਹਦਾ ਥੋੜ੍ਹਾ ਜਿਹਾ ਖੁੱਲ੍ਹਾ ਹੀ ਰੱਖਿਆ ਗਾ। ਇਹ ਊਂ ਵੀ ਫਰਾਕ ਹੈ ਜਿਹੜੀ ਉਹ ਵੀ ਖੁੱਲ੍ਹੀ ਰੱਖੀ ਹੈਗੀ, ਕਿਉਂਕਿ ਬੱਚਿਆਂ ਦੇ ਜ਼ਿਆਦਾ ਫਿਟਿੰਗ ਵਾਲੇ ਕੱਪੜੇ ਵਧੀਆ ਨਹੀਂ ਲੱਗਦੇ ਅਤੇ ਬੱਚੇ ਨੂੰ ਵੀ ਦਿੱਕਤ ਵੀ ਆਉਂਦੀ ਹੈ ਪਾਉਣ ਵੇਲੇ। ਇਸ ਕਰਕੇ ਆਪਾਂ ਇਸ ਤਰੀਕੇ ਨਾਲ ਜੀ ਇਹਦੀ ਸਿਲਾਈ ਲਾ ਰਹੇ ਹਾਂਗੇ। ਬਾਹਾਂ ਦੀ ਸਿਲਾਈ ਲਾਉਣ ਤੋਂ ਬਾਅਦ ਜੀ ਆਪਣਾ ਮੋਢਾ ਜੜਿਆ ਜਾਊ। ਮੋਢੇ ਦੀ ਵੀਡੀਓ ਮੈਂ ਤੁਹਾਡੇ ਨਾਲ ਕੋਈ ਹੋਰ ਤਰ੍ਹਾਂ ਦੇ ਵੀ ਸੂਟ ਦੀ ਸਿਲਾਈ 'ਤੇ ਦਿਖਾਊਂਗੀ ਜੀ, ਕਿਉਂਕਿ ਇਹ ਦੁਪੱਟੇ ਦਾ ਕੱਪੜਾ ਹੋਣ ਕਰਕੇ ਇਹ ਕੱਪੜਾ ਸਹੀ ਨਹੀਂ ਬੈਠ ਰਿਹਾ ਮੋਢੇ ਦੇ ਵਿੱਚ ਵੀ, ਆਪਾਂ ਨੂੰ ਥੋੜ੍ਹੀ ਜਿਹੀ ਧਿਆਨ ਨਾਲ ਇਹ ਸਿਲਾਈ ਲਾਉਣੀ ਪਊਗੀ। ਇਸ ਕਰਕੇ ਆਪਾਂ ਬਸ ਮੋਢਾ ਜੜ ਲਾਂਗੇ। ਮੋਢੇ ਦੀ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਹੈ ਜੀ। ਮੈਨੂੰ ਕਮੈਂਟ ਵੀ ਆਏ ਹੋਏ ਸੀ ਜੀ ਵੀ ਮੋਢਾ ਜੜਨ ਦੀ ਵੀਡੀਓ ਸ਼ੇਅਰ ਕਰਿਓ। ਅਤੇ ਬਸ ਇੱਕ ਗੱਲ ਹੈ ਜੀ, ਜਦੋਂ ਆਪਾਂ ਨੀਚੋਂ ਆਪਣੀ ਜਿਹੜੀ ਹੁੰਦੀ ਹੈ ਫਿਟਿੰਗ ਦੀ ਸਿਲਾਈ ਹੁੰਦੀ ਹੈ ਅਤੇ ਬਾਹਾਂ ਦੀ ਸਿਲਾਈ ਹੁੰਦੀ ਹੈ, ਕਈ ਮੇਰੀਆਂ ਭੈਣਾਂ ਨਾ ਉਹ ਜੋੜ ਕੇ ਰੱਖ ਲੈਂਦੀਆਂ ਨੇ ਬਿਲਕੁਲ ਨਾਲ ਇਹ ਵੀ ਇਕਸਾਰ ਕਰਕੇ। ਇਹ ਸੂਤ ਪਰ ਭਾਵੇਂ ਅੱਗੇ ਪਿੱਛੇ ਕਰਕੇ ਰੱਖਣੀ ਹੁੰਦੀ ਹੈ ਜੀ, ਬਿਲਕੁਲ ਇਕਸਾਰ ਸਿਲਾਈ 'ਤੇ ਸਿਲਾਈ ਨਹੀਂ ਧਰਨੀ ਹੁੰਦੀ। ਇਹ ਆਪਾਂ ਹੁਣ ਜੀ ਬਾਹਾਂ ਜੜ ਰਹੇ ਹਾਂਗੇ। ਬਸ ਆਪਣੀ ਫਰਾਕ ਕੰਪਲੀਟ ਹੈ ਜੀ, ਇੱਕ ਤਾਂ ਇੰਟਰਲੋਕ ਲਾਉਣੀ ਹੈ ਜੀ, ਉਹ ਆਪਾਂ ਬਾਅਦ 'ਚੋਂ ਲਾ ਦਾਂਗੇ। ਪਹਿਲਾਂ ਤੁਹਾਨੂੰ ਪ੍ਰੈੱਸ ਕਰਕੇ ਇਹਦੀ ਵੀਡੀਓ ਸ਼ੇਅਰ ਕਰਾਂਗੇ ਵੀ ਕਿਵੇਂ ਬਣੀ ਹੈ ਆਪਣੀ ਫਰਾਕ। ਮੈਨੂੰ ਤਾਂ ਬਹੁਤ ਸੋਹਣੀ ਲੱਗੀ, ਤੁਸੀਂ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਓ। ਇਹ ਆਪਾਂ ਇਸ ਤਰ੍ਹਾਂ ਜੀ ਬਾਂਹ ਹੈ ਜਿਹੜੀ ਉਹ ਜੜ ਲਾਂਗੇ। ਬਸ ਜਦੋਂ ਬਾਂਹ ਜਿਹੜੇ ਆਪਣਾ ਮੋਢਾ ਜੜਨਾ ਹੁੰਦਾ ਨਾ, ਬਾਹਾਂ ਨੂੰ ਜੜਨਾ ਹੁੰਦਾ, ਜਦੋਂ ਆਪਾਂ ਨੇ ਇੱਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਜੀ, ਨਾ ਤਾਂ ਤੁਸੀਂ ਉੱਪਰ ਵਾਲਾ ਕੱਪੜਾ ਖਿੱਚੋ ਨਾ ਨੀਚੇ ਵਾਲਾ ਕੱਪੜਾ, ਦੋਨੋਂ ਇਕਸਾਰ ਰੱਖ ਕੇ ਸਿਲਾਈ ਲਾਉਣੀ ਚਾਹੀਦੀ ਹੈ, ਫਿਰ ਇਹਦੇ ਨਾਲ ਆਪਣੇ ਬਲਜੇ ਨਹੀਂ ਪੈਂਦੇ ਕਿਤੋਂ। ਇੱਕ ਨੀਚੋ ਜੀ ਬਾਹਾਂ ਨੂੰ ਜਿਹੜੇ ਪੱਕਾ ਜ਼ਰੂਰ ਕਰ ਦਿਆ ਕਰੋ, ਇੱਥੋਂ ਜ਼ਿਆਦਾ ਉੱਧੜਦੇ ਨੇ, ਇਹ ਦੇਖ ਸਕਦੇ ਹੋ ਜੀ ਤੁਸੀਂ। ਪਿਛਲੇ ਗਲੇ 'ਤੇ ਆਪਾਂ ਨੇ ਸਿਲਾਈ ਲਾਤੀ ਜੀ, ਅੱਗੇ ਵਾਲੇ ਗਲੇ 'ਤੇ ਚਲੋ ਤਰਪਾਈ ਕਰ ਦਾਂਗੇ ਵੀ ਸਿਲਾਈ ਸੋਹਣੀ ਨਹੀਂ ਲੱਗਣੀ, ਕਿਉਂਕਿ ਆਪਾਂ ਨੇ ਚੌੜਾ ਗਲਾ ਪਾਇਆ ਹੋਇਆ ਗਾ।
ਅਤੇ ਇਹ ਜਦੋਂ ਆਪਾਂ ਪ੍ਰੈਸ ਕਰਦੇ ਹਾਂ ਉਹਦਾ ਵੀ ਬਹੁਤ ਰੋਲ ਹੈ ਆਪਣੇ ਸਿਲਾਈ ਕੀਤੇ ਹੋਏ ਸੂਟ 'ਚ। ਜਿਵੇਂ ਹੁਣ ਮੈਂ ਬਾਹਾਂ ਦੀ ਕਰੀਜ਼ ਪਹਿਲਾਂ ਦੂਸਰੇ ਲੋਟ ਸਿਲਾਈ ਕੱਢੀ ਸੀਗੀ, ਫਿਰ ਐਵੇਂ ਕਰੀਜ਼ ਬਿਠਾਈ ਸੀਗੀ। ਇਹ ਤਰੀਕਾ ਹੁੰਦਾ ਜੀ। ਆਪਾਂ ਕਦੇ ਤੁਹਾਡੇ ਨਾਲ ਸਾਰੀ ਵੀ ਪ੍ਰੈਸ ਕਰਨ ਦੀ ਵੀ ਵੀਡੀਓ ਸ਼ੇਅਰ ਕਰਾਂਗੇ, ਕਿਉਂਕਿ ਸੂਟ ਆਪਾਂ ਜਿੰਨਾ ਮਰਜ਼ੀ ਵਧੀਆ ਬਣਾ ਲਈਏ, ਜੇਕਰ ਆਪਣੀ ਪ੍ਰੈਸ ਨਹੀਂ ਵਧੀਆ ਕੀਤੀ ਹੋਈ ਹੋਊਗੀ ਤਾਂ ਆਪਣਾ ਸੂਟ ਵੀ ਬਣਾਇਆ ਹੋਇਆ ਬੇਕਾਰ ਹੈ। ਆਪਾਂ ਤਾਂ ਹੁਣ ਚੰਗੀ ਤਰ੍ਹਾਂ ਪ੍ਰੈਸ ਲਾ ਦਾਂਗੇ ਜੀ। ਤੁਸੀਂ ਦੇਖ ਸਕਦੇ ਹੋ ਵੀ ਪਲੇਟਾਂ ਪਾਈਆਂ ਹੋਈਆਂ ਕਿੰਨੀਆਂ ਵਧੀਆ ਲੱਗ ਰਹੀਆਂ ਨੇ। ਇਸ ਤਰੀਕੇ ਨਾਲ ਜੀ ਆਪਾਂ ਇਹਤੇ ਪਹਿਲਾਂ ਬੈਕ 'ਤੇ ਪ੍ਰੈਸ ਕਰ ਦਾਂਗੇ ਜੀ, ਘੇਰਾ ਪ੍ਰੈਸ ਕਰ ਦਾਂਗੇ, ਚੱਕਾਂ 'ਤੇ ਜਿਹੜਾ ਆਪਾਂ ਸਾਈਡਾਂ 'ਤੇ ਸਿਲਾਈ ਲਾਈ ਹੈ ਉਹਨੂੰ ਚੰਗੀ ਤਰ੍ਹਾਂ ਬਲਬੁਲ ਜੇ ਜਿਹੜੇ ਆਪਣੇ ਹੁੰਦੇ ਨੇ ਉਹ ਸਾਰੇ ਸੈੱਟ ਕਰਕੇ ਕੱਢ ਦਾਂਗੇ ਜੀ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਇਨ ਜਿਹਾ ਆਪਣਾ ਚੱਕਾਂ 'ਤੇ ਬਣ ਗਿਆ। ਜਿਹੜੀ ਲਾਈਨਿੰਗ ਹੈ ਉਹ ਅੰਦਰ ਅੰਦਰ ਹੈ, ਇਹਦੇ ਨਾਲ ਨਹੀਂ ਅਟੈਚ ਹੋਈ ਹੋਈ ਹੋਈ। ਮੈਨੂੰ ਬਹੁਤ ਸੋਹਣੀ ਲੱਗ ਰਹੀ ਹੈ ਇਹ ਫਰੋਕ ਬਣਾਈ ਹੋਈ। ਦੇਖੋ ਕਲਰ ਵੀ ਕਿੰਨਾ ਪਿਆਰਾ ਲੱਗ ਰਿਹਾ ਵੀਡੀਓ ਦੇ ਵਿੱਚ। ਬਸ ਇਸ ਤਰੀਕੇ ਨਾਲ ਜੀ ਆਪਣਾ ਜਿਹੜੀ ਫਰੋਕ ਹੈ ਆਪਣੀ ਬਸ ਕੰਪਲੀਟ ਹੋ ਗਈ। ਤੁਸੀਂ ਜ਼ਰੂਰ ਟਰਾਈ ਕਰਿਓ, ਜਿਹੜਾ ਕੋਈ ਤੁਹਾਡਾ ਪੁਰਾਣਾ ਦੁਪੱਟਾ ਹੁਣ ਉਹਨੂੰ ਸਿੱਟਿਓ ਨਾ, ਕਿਉਂਕਿ ਜਿਹੜੇ ਪ੍ਰਿੰਟਡ ਦੁਪੱਟੇ ਹੁੰਦੇ ਨੇ ਉਹ ਦੁਬਾਰਾ ਕਿਸੇ ਸੂਟ ਨਾਲ ਲਏ ਵਧੀਆ ਵੀ ਨਹੀਂ ਲੱਗਦੇ। ਕੋਈ ਦੁਪੱਟਾ ਤੁਹਾਡੇ ਨਹੀਂ ਕੰਮ 'ਚ ਆਉਂਦਾ, ਵਰਤੋਂ 'ਚ ਆਉਂਦਾ, ਉਹਦੇ ਤੁਸੀਂ ਫਰੋਕ ਬਣਾ ਕੇ ਜ਼ਰੂਰ ਦੇਖਿਓ। ਮੈਂ ਪਹਿਲਾਂ ਸ਼ਰਟਾਂ ਬਣਾਈਆਂ ਸੀ ਜੀ, ਫਰੋਕ ਪਹਿਲੀ ਵਾਰ ਬਣਾਈ ਹੈ ਦੁਪੱਟੇ ਤੋਂ, ਪਰ ਇਹ ਸ਼ਰਟ ਤੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਹੈ। ਇਹ ਦੇਖੋ ਜੀ ਆਪਣੀ ਫਰੋਕ ਦੀ ਫਾਈਨਲ ਲੁੱਕ। ਧੰਨਵਾਦ ਜੀ।